ਇੱਕ ਬੱਚਾ ਸਿਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਤੇ ਲੋਕ ਉਸ ਨਾਲ ਤੋਲ ਮੋਲ ਕਰ ਰਹੇ ਸੀ। ਇੱਕ ਸੱਜਣ ਨੂੰ ਉਸਦੇ ਪੈਰ ਦੇਖ ਕੇ ਬਹੁਤ ਦੁੱਖ ਹੋਇਆ। ਉਹ ਭੱਜ ਕੇ ਨਾਲ ਹੀ ਇੱਕ ਦੁਕਾਨ ਤੋਂ ਬੂਟ ਲੈ ਕੇ ਆਇਆ ਤੇ ਉਸਨੂੰ ਕਿਹਾ, ਲੈ ਪੁੱਤਰ ਬੂਟ ਪਾ ਲੈ। ਮੁੰਡੇ ਨੇ ਫਟਾਫਟ ਬੂਟ ਪਾਏ, ਬੜਾ ਹੀ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ, ਤੁਸੀਂ ਰੱਬ ਹੋ? ਬੰਦਾ ਘਬਰਾ ਕੇ ਕੰਨਾਂ ਨੂੰ ਹੱਥ ਲਾਉਂਦਾ ਹੋਇਆ ਬੋਲਿਆ, ਨਹੀਂ ਨਹੀਂ ਬੇਟਾ। ਮੁੰਡਾ ਫਿਰ ਬੋਲਿਆ, ਫਿਰ ਤੁਸੀਂ ਰੱਬ ਦੇ ਦੋਸਤ ਹੋ? ਕਿਉਂਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਸੜਦੇ ਆ, ਬੂਟ ਲੈ ਦਿਓ। ਉਹ ਬੰਦਾ ਅੱਖਾਂ ਚ ਪਾਣੀ ਤੇ ਮੁਸਕੁਰਾਉਂਦਾ ਹੋਇਆ ਇੱਕ ਪਾਸੇ ਨੂੰ ਚਲਾ ਗਿਆ, ਪਰ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਜ਼ਿਆਦਾ ਔਖਾ ਨਹੀਂ ਹੈ। ਦੋਸਤੋ, ਕੁਦਰਤ ਨੇ ਦੋ ਹੀ ਰਾਹ ਬਣਾਏ ਨੇ, ਜਾਂ ਦੇ ਕੇ ਜਾਓ ਜਾਂ ਛੱਡ ਕੇ ਜਾਓ, ਨਾਲ ਲੈ ਕੇ ਜਾਣ ਦੀ ਕੋਈ ਵਿਵਸਥਾ ਨਹੀਂ ਹੈ। ਧੰਨਵਾਦ।